Hello everyone, I hope you guys are well and safe at home. I'm on the coach staying again here today with another writing task for you guys. We will begin the writing task. Today's statement is, childhood obesity is becoming a serious problem in many countries. Explain the main causes and effects of this problem and suggest some possible solutions. So our question for today is that childhood obesity, ਜਿਹੜੀ ਬੱਚਿਆਂ 'ਚ ਜਿਹੜੀ ਮੋਟਾਪਾ ਵਾ ਓਵਰ ਵੇਟ ਆ ਜਿਹੜੇ ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਕਹਿੰਦੇ ਵੱਧ ਗਿਆ ਵਾ ਬਹੁਤ ਮਤਲਬ ਜਿਹੜਾ ਪ੍ਰੈਸਿੰਗ ਇਸ਼ੂ ਹੈਗਾ ਵਾ ਮਤਲਬ ਜਿਹੜਾ ਜ਼ੋਰ ਦੇਣ ਵਾਲਾ ਇਸ਼ੂ ਅੱਜ ਦੀ ਤਰੀਕ ਜਿਹੀਆਂ ਪ੍ਰੋਬਲਮ ਆ ਜਿਹੜੀ ਕੰਟਰੀਜ਼ ਫੇਸ ਕਰਨੀਆਂ ਉਹ ਹੈਗੀ ਆ ਛੋਟੇ ਜਿਹੜੇ ਬੱਚੇ ਆ ਉਹਨਾਂ 'ਚ ਮੋਟਾਪਾ ਆਪਾਂ ਹੁਣ ਇਹਦੇ 'ਚ ਐਂਸਰ ਆਪਾਂ ਕੀ ਦੱਸਣਾ ਜੀ ਦਾ ਮੇਨ ਕੋਜ਼ਿਸ ਕਾਰਨ ਕੀ ਆ ਮੋਟਾਪੇ ਦੇ ਦੂਜਾ ਆਪਾਂ ਦੱਸਣਾ ਜੀ ਉਹਦੇ ਇਫੈਕਟਸ ਕੀ ਆ ਮਤਲਬ ਕਾਰਨ ਕੀ ਆ ਤੇ ਫਿਰ ਉਹਦੇ ਨੁਕਸਾਨ ਕੀ ਆ ਇਫੈਕਟਸ ਕੀ ਹੋਣਗੇ ਬੱਚਿਆਂ ਦੇ ਤੇ ਨਾਲ ਦੀ ਨਾਲ ਆਪਾਂ ਦੱਸਾਂਗੇ ਜੀ ਉਹਦੇ ਕੁਝ ਪੋਸੀਬਲ ਸੋਲੂਸ਼ਨਸ ਕਿ ਇਹਦਾ ਹੱਲ ਕੀ ਕੀਤਾ ਜਾ ਸਕਦਾ ਸੋ ਤਿੰਨ ਚੀਜ਼ਾਂ ਦੱਸਣੀਆਂ ਜੀ ਆਪਾਂ ਉਹਦੇ ਹਿਸਾਬ ਨਾਲ ਹੀ ਆਪਾਂ ਇਹਦੇ ਬੋਡੀ ਪੈਰਾਗ੍ਰਾਫਸ ਵਗੈਰਾ ਡਿਵਾਈਡ ਕਰਾਂਗੇ ਇੰਟਰੋਡਕਸ਼ਨ ਇਹ ਬਹੁਤ ਬੇਸਿਕ ਜੀ ਹੈ ਜੋ ਉਹਨਾਂ ਨੇ ਕਿਹਾ ਉਹਨੇ ਆਪਾਂ ਥੋੜ੍ਹਾ ਜਿਹਾ ਰੀਫਰੇਜ਼ ਕੀਤਾ ਵਾ ਸੋ ਨਾਓ ਡੇਜ਼ ਓਬੈਸਿਟੀ ਇਜ਼ ਬਿਕਮਿੰਗ ਏ ਗਲੋਬਲ ਡਿਜ਼ੀਜ਼ ਸਪੈਸ਼ਲੀ ਅਮੰਗ ਆਵਰ ਚਿਲਡਰਨ ਸੋ ਜੋ ਉਹਨੇ ਕਿਹਾ ਸੀ ਉਹ ਥੋੜ੍ਹਾ ਜਿਹਾ ਆਪਾਂ ਆਪਣੀ ਲੈਂਗੁਏਜ 'ਚ ਲਿਖ ਲਿਆ ਦੇਰ ਆਰ ਮੈਨੀ ਰੀਜ਼ਨਸ ਬਿਹਾਈਂਡ ਦਾ ਰਾਈਜ਼ ਆਫ ਦਿਸ ਇਸ਼ੂ ਐਂਡ ਮੈਨੀ ਇਫੈਕਟਸ ਹੈਵ ਬੀਨ ਐਸੋਸੀਏਟਿਡ ਵਿਦ ਇਟ ਹਾਊਐਵਰ ਆਈ ਬਲੀਵ ਦੈਟ ਸੈਵਰਲ ਸਟੈਪਸ ਕੁਡ ਬੀ ਫਾਲੋਡ ਟੂ ਇੰਪਰੂਵ ਦਿਸ ਸਿਚੁਏਸ਼ਨ ਸੋ ਜੋ ਉਹਨਾਂ ਨੇ ਕਿਹਾ ਸੀ ਅਸੀਂ ਪਹਿਲੇ ਉਹਨੂੰ ਰੀਫਰੈਂਸ ਕੀਤਾ ਵਾ ਜੀ ਨਾਓ ਡੇਜ਼ ਓਬੈਸਿਟੀ ਇਜ਼ ਬਿਕਮਿੰਗ ਏ ਗਲੋਬਲ ਡਿਜ਼ੀਜ਼ ਸਪੈਸ਼ਲੀ ਅਮੰਗ ਅਵਰ ਚਿਲਡਰਨ ਸੋ ਆਹ ਜਿਹੜੀ ਲਾਈਨ ਸੀਗੀ ਇੱਥੋਂ ਤੱਕ ਇਹਨੂੰ ਆਪਾਂ ਰੀਫਰੇਜ ਕਰ ਦਿੱਤਾ ਵਾ ਉਸ ਤੋਂ ਬਾਅਦ ਥੀਸਿਸ ਸਟੇਟਮੈਂਟ ਵਾਂਗ ਅਸੀਂ ਲਿਖੀ ਹੈ ਜੀ ਕਿ ਦੇਰ ਆਰ ਮੈਨੀ ਰੀਜ਼ਨਸ ਬਹੁਤ ਸਾਰੇ ਕਾਰਨ ਹੈਗੇ ਆ ਇਹ ਜਿਹੜਾ ਇਸ਼ੂ ਰਾਈਜ਼ ਹੋ ਰਿਹਾ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੈਗੇ ਆ ਤੇ ਨਾਲ ਦੀ ਨਾਲ ਅਸੀਂ ਲਿਖਿਆ ਕਿ ਇਹਦੇ ਬਹੁਤ ਸਾਰੇ ਇਫੈਕਟਸ ਵੀ ਹੈਗੇ ਆ ਜਿਹੜੇ ਇਹਦੇ ਨਾਲ ਇਹਦੇ ਬਹੁਤ ਸਾਰੇ ਇਫੈਕਟਸ ਵੀ ਹੈਗੇ ਆ ਬਟ ਜਾਂ ਹਾਊਐਵਰ ਅਸੀਂ ਬਲੀਵ ਕਰਦੇ ਹਾਂ ਅਸੀਂ ਯਕੀਨ ਕਰਦੇ ਹਾਂ ਕਿ ਇਹਦੇ ਕੁਛ ਨਾ ਕੁਛ ਜਿਹੜੇ ਸੈਵਰਲ ਵੇਜ਼ ਹੈਗੇ ਆ ਸੈਵਰਲ ਬਹੁਤ ਸਾਰੇ ਤਰੀਕੇ ਹੈਗੇ ਆ ਜਿਹਦੇ ਨਾਲ ਅਸੀਂ ਇਸ ਸਿਚੁਏਸ਼ਨ ਨੂੰ ਸੁਧਾਰ ਸਕਦੇ ਹਾਂ ਦੈਟਸ ਇਟ ਇਹ ਸਾਡੀ ਹੋ ਗਈ ਦੀ ਇੰਟਰੋਡਕਸ਼ਨ ਤੁਸੀਂ ਆਪਣੀ ਲੈਂਗੁਏਜ ਕਿਸੇ ਵੀ ਤਰੀਕੇ ਲਿਖ ਸਕਦੇ ਹੋ ਕੋਈ ਜ਼ਿਆਦਾ ਇਸ਼ੂ ਵਾਲੀ ਗੱਲ ਨਹੀਂ ਹੈਗੀ ਸਿੰਪਲ ਰੱਖਣ ਦੀ ਕੋਸ਼ਿਸ਼ ਕਰੋ ਦੋ ਤੋਂ ਤਿੰਨ ਸੈਂਟੈਂਸ ਦੈਟਸ ਇਟ ਉਹ ਤੋਂ ਜ਼ਿਆਦਾ ਨਾ ਲਿਖੋ ਇੰਟਰੋਡਕਸ਼ਨ 'ਚ ਹੁਣ ਆ ਗਿਆ ਜੀ ਆਪਾਂ ਤਿੰਨ ਚੀਜ਼ਾਂ ਦੱਸਣੀਆਂ ਸੀ ਕੋਜ਼ਿਸ ਇਫੈਕਟਸ ਤੇ ਸੋਲੂਸ਼ਨ ਸੋ ਜਦੋਂ ਇਦਾਂ ਦਾ ਆਜਲੇ ਟੌਪਿਕ ਕੋਜ਼ਿਸ ਵੀ ਹੋਣ ਇਫੈਕਟਸ ਵੀ ਹੋਣ ਤੇ ਸੋਲੂਸ਼ਨ ਵੀ ਹੋਣ ਬੱਚੇ ਕਈ ਵਾਰੀ ਅਸੀਂ ਦੇਖਿਆ ਉੱਪਰ ਥੱਲੇ ਕਰ ਦਿੰਦੇ ਆ ਇਫੈਕਟਸ ਪਹਿਲੇ ਦੱਸ ਦਿੰਦੇ ਆ ਕੋਜ਼ਿਸ ਬਾਅਦ ਚ ਦੱਸ ਦਿੰਦੇ ਆ ਅਸੀਂ ਇਦਾਂ ਨਹੀਂ ਕਰਾਂਗੇ ਅਸੀਂ ਸਭ ਤੋਂ ਪਹਿਲੇ ਕੋਜ਼ਿਸ ਦੱਸਾਂਗੇ ਫਿਰ ਕੋਜ਼ਿਸ ਦੇ ਇਫੈਕਟਸ ਦੱਸਾਂਗੇ ਤੇ ਐਂਡ ਚ ਉਹਦੇ ਸੋਲੂਸ਼ਨਸ ਦੱਸਾਂਗੇ ਸੋ ਉਸੇ ਹਿਸਾਬ ਨਾਲ ਅਸੀਂ ਬੋਡੀ ਪੈਰਾਗ੍ਰਾਫਸ ਨੂੰ ਡਿਵਾਈਡ ਕੀਤਾ ਵਾ ਬੀਪੀ 1 ਚ ਅਸੀਂ ਕੋਜ਼ਿਸ ਦੱਸੇ ਆ ਬੀਪੀ 2 ਚ ਅਸੀਂ ਇਫੈਕਟਸ ਦੱਸੇ ਆ ਤੇ ਬੀਪੀ 3 ਚ ਅਸੀਂ ਸੋਲੂਸ਼ਨਸ ਦੱਸੇ ਆ ਸੋ ਵਿਲ ਬਿਗਿਨ ਵਿਦ ਦਾ ਕੋਜ਼ਿਸ ਓਬੈਸਿਟੀ ਮੋਟਾਪੇ ਦੇ ਮੇਨ ਕਾਰਨ ਕੀ ਆ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਅਸੀਂ ਓਵਰਵੇਟ ਹੋ ਗਏ ਆ ਜਾਂ ਮੋਟਾਪਾ ਆਪਾਂ ਕੀ ਕਰਦੇ ਹਾਂ ਡਾਇਟ ਤੇ ਜਾਂਦੇ ਹਾਂ ਸੋ ਮੇਨ ਕਾਰਨ ਕੀ ਹੈ ਜੀ ਓਵਰ ਈਟਿੰਗ ਠੀਕ ਹੈ ਜੀ ਬਟ ਬੱਚਿਆਂ ਦੇ ਕੇਸ 'ਚ ਓਵਰ ਈਟਿੰਗ ਆਫ ਜੰਕ ਫੂਡ ਅੱਜ ਦੀ ਤਰੀਕ ਜਿਹੜਾ ਜੰਕ ਫੂਡ ਆ ਫੋਰ ਐਗਜ਼ਾਮਪਲ ਬਹੁਤ ਸਾਰੇ ਫਾਸਟ ਫੂਡ ਚੇਨਸ ਜਿਹੜੀਆਂ ਮਲਟੀਨੈਸ਼ਨਲ ਚੇਨਸ ਹੈਗੀਆਂ ਵਾ ਓਪਰੇਟ ਕਰ ਰਹੀਆਂ ਵਾ ਆਲ ਅਰਾਊਂਡ ਦਾ ਵਰਲਡ ਠੀਕ ਹੈ ਜੀ ਮੈਕਡੋਨਲਡਸ ਹੋ ਗਿਆ ਪੀਜ਼ਾ ਹਟ ਹੋ ਗਿਆ KFC ਹੋ ਗਿਆ ਸੋ ਜਿਹੜੀ ਈਜ਼ੀ ਅਵੇਲੇਬਿਲਿਟੀ ਆਫ ਜੰਕ ਫੂਡ ਆ ਠੀਕ ਹੈ ਜੀ ਈਜ਼ੀ ਅਵੇਲੇਬਿਲਿਟੀ ਜਿਹੜੀ ਜੰਕ ਫੂਡ ਦੀ ਹੋ ਗਈ ਹੈ ਹੁਣ ਔਨ ਈਚ ਐਂਡ ਐਵਰੀ ਕਾਰਨਰ ਆਫ ਇਸ ਸਿਟੀ ਯੂ ਵਿਲ ਫਾਈਂਡ ਅ ਫਾਸਟ ਫੂਡ ਰੈਸਟੋਰੈਂਟ ਓਪਰੇਟਿੰਗ ਠੀਕ ਹੈ ਜੀ ਸੋ ਈਜ਼ੀ ਅਵੇਲੇਬਿਲਿਟੀ ਹੋ ਗਈ ਹੈ ਜੰਕ ਫੂਡ ਦੀ ਬੱਚੇ ਇਨਸਟੈਡ ਆਫ ਈਟਿੰਗ ਨਿਊਟ੍ਰੀਸ਼ਨਲ ਵੈਜੀਟੇਬਲਸ ਜਾਂ ਨਿਊਟ੍ਰੀਸ਼ਨਲ ਡਾਇਟਸ ਕੰਜ਼ਿਊਮਿੰਗ ਫਰੂਟਸ ਉਹਦੀ ਜਗ੍ਹਾ ਕੀ ਪ੍ਰੈਫਰ ਕਰ ਰਹੇ ਆ ਬਰਗਰ ਪੀਜ਼ਾ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰ ਰਹੇ ਆ ਚਿਪਸ ਹੋ ਗਿਆ ਐਂਡ ਦੇ ਆਰ ਆਲਸੋ ਕੰਜ਼ਿਊਮਿੰਗ ਮੈਨੀ ਹਾਈ ਸ਼ੂਗਰ ਡਰਿੰਕਸ ਜਿਹੜੀਆਂ ਤੁਹਾਡੀਆਂ ਸੌਫਟ ਡਰਿੰਕਸ ਆ ਕੈਨਡ ਜੂਸ ਆ ਉਹ ਸਾਰੀਆਂ ਚੀਜ਼ਾਂ ਬੱਚੇ ਜ਼ਿਆਦਾ ਲੈ ਰਹੇ ਆ ਇਹੀ ਮੇਨ ਕਾਰਨ ਆ ਕਿ ਅੱਜ ਕੱਲ੍ਹ ਬੱਚੇ ਜਿਹੜੇ ਜ਼ਿਆਦਾ ਓਬੀਜ਼ ਆ ਜਾਂ ਓਵਰ ਵੇਟ ਆ ਸੋ ਤੁਹਾਡਾ ਪਹਿਲਾ ਪੁਆਇੰਟ ਰਹੇਗਾ ਜੀ ਓਵਰ ਈਟਿੰਗ ਆਫ ਜੰਕ ਫੂਡ ਜ਼ਿਆਦਾ ਖਾਣਾ ਜੰਕ ਫੂਡ ਨੂੰ ਉਹਦੇ ਨਾਲ ਜਾਂ ਫਾਸਟ ਫੂਡ ਨੂੰ ਤੁਸੀਂ ਉਹਦੇ ਨਾਲ ਲੈਂਦੇ ਦੂਜਾ ਕਾਰਨ ਕੀ ਹੈ ਜੀ ਦੂਜਾ ਕਾਰਨ ਜਦੋਂ ਬੰਦਾ ਮੋਟਾ ਹੁੰਦਾ ਕੀ ਆਪਾਂ ਕਹਿੰਦੇ ਹਾਂ ਯਾਰ ਐਕਸਰਸਾਈਜ਼ ਸ਼ੁਰੂ ਕਰਦਾ ਉਹ ਵੀ ਸਾਡਾ ਦੂਜਾ ਕਾਰਨ ਹੈ ਜੀ ਅੱਜ ਕੱਲ੍ਹ ਦੇ ਬੱਚਿਆਂ ਦਾ ਸੈਡੈਂਟਰੀ ਲਾਈਫ ਸਟਾਈਲ ਹੈ ਠੀਕ ਹੈ ਜੀ ਮਤਲਬ ਗੱਦਾ ਕਹਿ ਲਓ ਆਲਸੀ ਵਾਲਾ ਕਹਿ ਲਓ ਸੈਡੈਂਟਰੀ ਲਾਈਫ ਸਟਾਈਲ ਹੈ ਜਿਹਦੇ 'ਚ ਲੈਕ ਆਫ ਫਿਜ਼ੀਕਲ ਐਕਟੀਵਿਟੀਜ਼ ਆ ਕਿਡਸ ਆਰ ਨਾਟ ਪਲੇਇੰਗ ਸੋਕਰ ਇਨ ਦਾ ਪਲੇ ਗਰਾਊਂਡ ਦੇ ਪ੍ਰੈਫਰ ਪਲੇਇੰਗ ਸੋਕਰ ਔਨ ਪਲੇ ਸਟੇਸ਼ਨ ਬੱਚੇ ਬਾਹਰ ਜਾ ਕੇ ਫੁੱਟਬਾਲ ਨਹੀਂ ਖੇਡਦੇ ਪਏ ਟੀਵੀ ਤੇ ਬੈਠੇ ਪਲੇ ਸਟੇਸ਼ਨ ਤੇ ਜਾਂ
ਐਕਸਬਾਕਸ ਤੇ ਟੀਵੀ ਤੇ ਫੁੱਟਬਾਲ ਖੇਡਣਾ ਜ਼ਿਆਦਾ ਪਸੰਦ ਕਰ ਰਿਹਾ। ਸੋ ਉਹੀ ਸਾਡਾ ਦੂਜਾ ਕਾਰਨ ਹੈ ਜੀ, ਲੈਕ ਆਫ ਫਿਜ਼ੀਕਲ ਐਕਟੀਵਿਟੀਜ਼ ਦੇ ਨਾਲ ਦੀ ਨਾਲ ਸਪੈਂਡਿੰਗ ਅ ਲੋਟ ਆਫ ਆਵਰ ਸਿਟਿੰਗ ਇਨ ਫਰੰਟ ਆਫ ਕੰਪਿਊਟਰ ਇਨ ਫਰੰਟ ਆਫ ਕੰਪਿਊਟਰ ਔਰ ਟੈਲੀਵਿਜ਼ਨ ਇਨਸਟੈਡ ਆਫ ਗੋਇੰਗ ਟੂ ਦਾ ਪਲੇ ਗਰਾਊਂਡ, ਜਾ ਕੇ ਕੋਈ ਫਿਜ਼ੀਕਲ ਐਕਟੀਵਿਟੀ ਜਾਂ ਦੌੜ ਭੱਜ ਕਰਨ ਦੀ ਬਜਾਏ ਬੱਚੇ ਅੱਜ ਕੱਲ੍ਹ ਕੀ ਹੋ ਗਿਆ, ਟੈਕਨੋਲੋਜੀ ਐਡਵਾਂਸਮੈਂਟ ਹੋਣ ਦਾ ਕਰਕੇ ਘਰੇ ਬਹਿ ਕੇ ਉਹੀ ਸਾਰੀਆਂ ਟੀਮ ਜਿਹੜੀਆਂ ਉਹਨਾਂ ਨੂੰ ਐਕਚੁਅਲੀ ਗਰਾਊਂਡ 'ਚ ਖੇਡਣੀਆਂ ਚਾਹੀਦੀਆਂ ਸੀ, ਉਹਨੂੰ ਟੀਵੀ ਤੇ ਖੇਡ ਰਹੇ ਆ, ਪਲੇ ਸਟੇਸ਼ਨ ਤੇ ਖੇਡ ਰਹੇ ਆ, ਕੰਪਿਊਟਰ ਤੇ ਖੇਡ ਰਹੇ ਆ, ਜਿਹਦਾ ਕਰਕੇ ਲੈਕ ਆਫ ਫਿਜ਼ੀਕਲ ਐਕਟੀਵਿਟੀਜ਼ ਆ, ਜੰਕ ਫੂਡ ਕੰਜ਼ੂਮ ਕਰ ਰਹੇ ਆ ਤੇ ਮੋਟੇ ਹੁੰਦੇ ਜਾ, ਓਵਰਵੇਟ ਹੁੰਦੇ ਜਾ। ਸੋ ਜ਼ਿਆਦਾ ਨਹੀਂ ਜਾਣ ਦੀ ਲੋੜ ਹੈਗੀ, ਦੋ ਆਪਾਂ ਦੋ ਹੀ ਹੈ ਜੀ, ਓਵਰ ਈਟਿੰਗ ਆਫ ਜੰਕ ਫੂਡ ਤੇ ਲੈਕ ਆਫ ਫਿਜ਼ੀਕਲ ਐਕਟੀਵਿਟੀਜ਼, ਇਹ ਦੋ ਪੁਆਇੰਟ ਆ ਜਿਹੜੇ ਜੀ ਇਹਨੂੰ ਤੁਸੀਂ ਇਲੈਬੋਰੇਟ ਕਰ ਸਕਦੇ ਹੋ। ਕੱਲੇ ਸਾਡੇ ਕਾਜ਼ਸ ਹੁੰਦੇ ਅਸੀਂ ਹੋਰ ਵੀ ਅੱਗੇ ਦੱਸ ਸਕਦੇ ਸੀ, ਸਟ੍ਰੈਸ ਵੀ ਇੱਕ ਕਾਰਨ ਹੈ ਜਿਹਦਾ ਕਰਕੇ ਬੰਦੇ ਨੂੰ ਅੱਗੇ ਲਿਖਿਆ ਜਾ ਸਕਦਾ ਕਿ ਸਟੱਡੀ ਦਾ ਸਟ੍ਰੈਸ ਆ, ਜਿਹਦਾ ਕਰਕੇ ਵੀ ਬੱਚੇ ਅੱਜ ਕੱਲ੍ਹ ਮੋਟੇ ਹੋ ਰਹੇ ਆ, ਜਦੋਂ ਬੰਦਾ ਸਟ੍ਰੈਸ ਹੁੰਦਾ ਵਾ ਉਹਦਾ ਸਟ੍ਰੈਸ ਦੇ ਨਾਲ ਹੋਰ ਬਹੁਤ ਸਾਰੇ ਹੈਲਥ ਇਸ਼ੂਜ਼ ਆਉਂਦੇ ਆ, ਡਾਈਜੈਸ਼ਨ ਪ੍ਰੋਬਲਮਸ ਹੋ ਜਾਂਦੀਆਂ ਵਾ, ਐਕਚੁਅਲ ਸਲੀਪ ਨਹੀਂ ਹੁੰਦੀ ਰਾਤ ਨੂੰ, ਲੋਕ ਸੁਣਿਆ ਜਿਹਨੂੰ ਆਪਾਂ ਕਹਿੰਦੇ ਸੌ ਨਹੀਂ ਪਾਉਂਦਾ ਰਾਤ ਨੂੰ ਚੰਗੀ ਤਰ੍ਹਾਂ, ਉਹਦੇ ਨਾਲ ਵੀ ਮੋਟਾਪਾ ਹੁੰਦਾ। ਬਟ ਵੀ ਵਾਂਟ ਗੋ ਇਨ ਟੂ ਦੈਟ ਵੇ, ਕਿਉਂਕਿ ਅਸੀਂ ਤਿੰਨ ਚੀਜ਼ਾਂ ਦੱਸਣੀਆਂ ਜੋ ਜਿਹੜੇ ਤੁਹਾਨੂੰ ਦੱਸੇ ਆ, ਮੋਰ ਦੈਨ ਸਫੀਸ਼ੀਐਂਟ ਹੈਗੇ ਆ ਅੱਜ ਵਾਲੇ ਟੋਪਿਕ। ਹਾਂਜੀ, ਸੈਕਿੰਡ ਅੱਗੇ ਆ ਗਏ ਕਿ ਹੁਣ ਆਪਾਂ ਦੱਸਾਂਗੇ ਇਫੈਕਟਸ, ਇਫੈਕਟਸ ਕੀ ਆ ਇਹਨਾਂ ਦਾ, ਓਵਰ ਈਟਿੰਗ ਦਾ ਤੇ ਫਿਜ਼ੀਕਲ ਐਕਟੀਵਿਟੀ ਦਾ ਇਫੈਕਟ ਕੀ ਹੋਏਗਾ ਜੀ ਓਵਰ ਵੇਟ। ਪਹਿਲਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਹੈਗੇ ਆ, ਐਵਰੇਜ ਜਿਹੜੇ ਚਿਲਡਰਨ ਹੈਗੇ ਆ ਇਨ ਐਵਰੀ ਕੰਟਰੀ, ਦੇ ਆਰ ਓਵਰ ਵੇਟ, ਉਹ ਮੋਟੇ ਆ, ਠੀਕ ਹੈ ਜੀ, ਓਬੀਸ ਆ। ਉਹਦਾ ਕਰਕੇ ਕੀ ਹੁੰਦਾ, ਜਦੋਂ ਓਵਰ ਵੇਟ ਹੁੰਦੇ ਆ, ਨਾਲ ਹੀ ਅਸੀਂ ਇਕੱਠਾ ਕਰ ਦਾਂਗੇ ਕਿ ਕਿਡਸ ਆਰ ਓਵਰ ਵੇਟ, ਠੀਕ ਹੈ ਜੀ, ਦੇ ਆਰ ਅਨਫਿਟ ਟੂ ਪਰਫੋਰਮ ਫਿਜ਼ੀਕਲ ਟਾਸਕ। ਜਦੋਂ ਬੱਚੇ ਅਨਫਿਟ ਓਬੀਸ ਹੈਗੇ ਆ, ਓਵਰ ਵੇਟ ਹੈਗੇ ਆ, ਉਹ ਅਨਫਿਟ ਆ, ਉਹ ਸਹੀ ਨਾਲ ਕੋਈ ਵੀ ਫਿਜ਼ੀਕਲ ਟਾਸਕ ਨਹੀਂ ਕਰ ਸਕਦੇ। ਬਿਮਾਰੀਆਂ higher risk of heart diseases, diabetes, cancer. So, ਜਿਹੜਾ ਬੰਦਾ ਮੋਟਾ ਹੈਗਾ, obese ਹੈਗਾ ਵਾ ਜਾਂ overweight ਹੈਗਾ ਵਾ, ਉਹਨੂੰ chances are that he will, in his later years of life, he will suffer from heart diseases, diabetes, cancer. So, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਵਾ, chances are that a overweight person will suffer from these diseases more. ਜ਼ਿਆਦਾ ਚਾਂਸਿਸ ਹੈਗੇ ਆ ਉਹਨਾਂ ਦੇ ਇਹ ਬਿਮਾਰੀਆਂ ਤੋਂ ਸਫ਼ਰ ਕਰਨ ਦੇ। ਨਾਲ ਦੀ ਨਾਲ ਉਸ ਤੋਂ ਅਗਲਾ ਕੀ ਹੈ ਜੀ, ਸਿਕ ਪੀਪਲ ਬਰਡਨ ਔਨ ਦਾ ਮੈਡੀਕਲ ਬਜਟ ਆਫ ਏ ਕੰਟਰੀ। ਸੋ ਤੁਹਾਨੂੰ ਥੋੜ੍ਹਾ ਜਿਹਾ ਇਹਨਾਂ ਤੋਂ ਬਾਅਦ ਥੋੜ੍ਹਾ ਜਿਹਾ ਤੁਸੀਂ ਲਿਖਣਾ ਚਾਹੁੰਦੇ ਠੀਕ ਹੈ, ਤੁਹਾਨੂੰ ਥੋੜ੍ਹਾ ਜਿਹਾ ਅਲੈਬਰੇਟ ਕਰਨਾ ਪੈਣਾ, ਬਿਕੋਜ਼ ਮੈਂ ਸਿਕ ਪੀਪਲ ਆ ਜਿਹੜੇ ਉਹ ਮੈਡੀਕਲ ਬਜਟ ਤੇ ਬਰਡਨ ਪਾਉਂਦੇ ਆ ਕੰਟਰੀ, ਕਿੱਦਾਂ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਮੋਸਟਲੀ ਜਿਹੜੀਆਂ ਵੈਸਟਰਨ ਕੰਟਰੀਜ਼ ਆ, ਅਮੈਰੀਕਾ ਹੋਊਗਾ, ਕੈਨੇਡਾ, ਆਸਟ੍ਰੇਲੀਆ, ਇਹਨਾਂ ਕੰਟਰੀਜ਼ 'ਚ ਜਿਹੜਾ ਹੈਗਾ ਵਾ ਮੈਡੀਕਲ ਆ ਫ੍ਰੀ ਆ, ਮਤਲਬ ਤੁਹਾਨੂੰ ਜੋ ਟ੍ਰੀਟਮੈਂਟ ਚਾਹੀਦਾ ਵਾ ਫ੍ਰੀ ਆ, ਪੇਡ ਬਾਏ ਗਵਰਨਮੈਂਟ ਆ। ਸੋ ਲੇਟਰ ਔਨ ਜੇ ਬੱਚਾ ਅੱਜ ਓਬੀਸ ਆ, ਮੋਟਾ ਵਾ, ਜਦੋਂ ਲੇਟਰ ਔਨ ਇਨ ਲਾਈਫ ਵੈਨ ਹੀ ਵਿਲ ਸਫਰ ਫਰੋਮ ਹਾਰਟ ਡਿਜ਼ੀਜ਼, ਔਰ ਰੱਬ ਨਾ ਕਰੇ ਫਰੋਮ ਕੈਂਸਰ ਔਰ ਫਰੋਮ ਐਨੀ ਅਦਰ ਸਿਕਨੈਸ, ਠੀਕ ਹੈ ਜੀ, ਹੀ ਵਿਲ ਬੀ ਐਡਮਿਟਡ ਇਨ ਟੂ ਏ ਹੋਸਪਿਟਲ, ਉਹਨੂੰ ਹੋਸਪਿਟਲ ਐਡਮਿਟ ਕਰਨਾ ਪੈਣਾ ਤੇ ਉਹ ਹੋਸਪਿਟਲ ਦਾ ਬਿੱਲ ਕਿਹਨੂੰ ਦੇਣਾ ਪੈਣਾ, ਗਵਰਨਮੈਂਟ। ਸੋ ਇਸੇ ਕਰਕੇ ਜੇ ਜ਼ਿਆਦਾ ਲੋਕੀ ਮੋਟੇ ਹੋਣਗੇ, ਜ਼ਿਆਦਾ ਬਿਮਾਰ ਹੋਣਗੇ, ਹੋਸਪਿਟਲ ਦੇ ਜ਼ਿਆਦਾ ਦਾਖਲ ਹੋਣਗੇ ਤੇ ਬਜਟ ਗਵਰਨਮੈਂਟ ਦਾ ਖਰਾਬ ਹੋਏਗਾ, ਜਿਹੜਾ ਮੈਡੀਕਲ ਬਜਟ ਆ ਉਹਦੇ ਬਰਡਨ ਪਏਗਾ ਤੇ ਐਟ ਦੀ ਐਂਡ ਜਿਹੜਾ ਇਕਨੋਮਿਕ ਜਿਹੜੀ ਕੰਡੀਸ਼ਨ ਹੈਗੀ ਹੈ ਕੰਟਰੀ ਦੀ, ਉਹ ਇਫੈਕਟ ਕਰੇਗੀ। ਤੇ ਇਹਦੀ ਰੀਸੈਂਟ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ, ਕੋਰੋਨਾ ਵਾਇਰਸ, ਲੋਕੀ ਜ਼ਿਆਦਾ ਬਿਮਾਰ ਹੋ ਰਹੇ ਆ, ਹੋਸਪਿਟਲ 'ਚ ਜਗ੍ਹਾ ਨਹੀਂ ਹੈਗੀਆਂ, ਡਾਕਟਰਸ ਨਹੀਂ ਹੈਗੇ, ਮੈਡੀਸਿਨਸ ਨਹੀਂ ਮਿਲ ਰਹੀਆਂ, ਇਸ ਤੱਕ ਮਾਸਕ ਅਵੇਲੇਬਲ ਨਹੀਂ ਹੈਗੇ, ਸੈਨੇਟਾਈਜ਼ਰ ਨਹੀਂ ਮਿਲ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਦੇ ਜ਼ਿਆਦਾ ਲੋਕੀ ਬਿਮਾਰ ਹੁੰਦੇ ਹੋਣਗੇ ਤੇ ਐਟ ਦੀ ਐਂਡ ਮੈਡੀਕਲ ਬਜਟ ਨੂੰ ਇਫੈਕਟ ਕਰਦੀਆਂ ਵਾ, ਇਕਨੋਮਿਕ ਗਰੋਥ ਨੂੰ ਵੀ ਕੰਟਰੀ ਦੀ ਇਫੈਕਟ ਕਰਦੀਆਂ। ਜ਼ਰੂਰੀ ਨਹੀਂ ਹੈਗਾ ਜੀ ਇਹਨੂੰ ਲਿਖਣਾ, ਬਟ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਦੋ ਤਿੰਨ ਲਾਈਨਾਂ 'ਚ ਐਕਸਪਲੇਨ ਕਰ ਸਕੋਗੇ, ਇਟ ਵਿਲ ਬੀ ਗੁੱਡ। ਜ਼ਿਆਦਾ ਨਹੀਂ ਅਸੀਂ ਲਿਖਣਾ, ਮੈਂ ਜ਼ਿਆਦਾ ਬੋਲਿਆ ਹੈਗਾ ਵਾ, ਸਿਰਫ ਤੁਹਾਨੂੰ ਸਮਝਾਉਣ ਦਾ ਕਰਕੇ, ਯੂ ਡੋਂਟ ਨੀਡ ਟੂ ਰਾਈਟ ਐਵਰੀ ਸਿੰਗਲ ਵਰਡ ਵਿੱਚ ਐਬਸੋਲੂਟਲੀ। ਸੋ ਈਜ਼ੀਲੀ ਆਪਣੀ ਲੈਂਗੁਏਜ 'ਚ ਦੋ ਤਿੰਨ ਲਾਈਨਾਂ 'ਚ ਐਕਸਪਲੇਨ ਕਰ ਲਓ, ਦੋ ਤਿੰਨ ਲਾਈਨਾਂ 'ਚ ਇਹਨਾਂ ਨੂੰ ਐਕਸਪਲੇਨ ਕਰ ਲਓ, ਚਾਰ ਪੰਜ ਲਾਈਨਾਂ 'ਚ ਅਸੀਂ ਇਫੈਕਟਸ ਨੂੰ ਐਕਸਪਲੇਨ ਕਰ ਸਕਦੇ ਹਾਂ, ਜਿਹੜੇ ਤੁਹਾਨੂੰ
ਈਜ਼ੀ ਲੱਗਣ। ਮੈਂ ਪੁਆਇੰਟਸ ਜ਼ਿਆਦਾ ਦੱਸ ਰਿਹਾ ਹੁੰਦਾ ਨਾ, ਤੁਸੀਂ ਉਹੀ ਪੁਆਇੰਟਸ ਲਿਖਣੇ ਆ ਐਟ ਦੀ ਐਂਡ ਐਕਚੁਅਲ ਟਾਸਕ 'ਚ ਜਿਹਨਾਂ ਨੂੰ ਤੁਸੀਂ ਇਲੈਬੋਰੇਟ ਕਰ ਸਕਦੇ ਹੋ। ਇੱਕ ਪੈਰਾਗ੍ਰਾਫ 'ਚ ਅਸੀਂ ਚਾਰ ਪੰਜ ਪੁਆਇੰਟਸ ਨੂੰ ਕਦੀ ਵੀ ਡਿਸਕਸ ਨਹੀਂ ਕਰਾਂਗੇ, ਕਿਉਂਕਿ ਫਿਰ ਇਹਦਾ ਮਤਲਬ ਆ ਤੁਸੀਂ ਸਿਰਫ ਬੁਲਟ ਪੁਆਇੰਟਸ ਨੂੰ ਹੀ ਫੁੱਲ ਸਟੋਪ ਤੋਂ ਬਾਅਦ ਇੱਕ ਖਤਮ ਹੋਇਆ ਫੁੱਲ ਸਟੋਪ ਤੋਂ ਬਾਅਦ ਦੂਜਾ ਲਿਖਤਾ, ਉਹਦੇ ਨਾਲ ਤੁਹਾਨੂੰ ਵਧੀਆ ਬੈਂਡ ਨਹੀਂ। ਸੋ ਬੀਪੀ ਟੂ ਇਫੈਕਟਸ ਹੋਵੇ ਕਿ ਹੁਣ ਆਜੋ ਜੀ ਸੋਲੂਸ਼ਨ। ਸੋਲੂਸ਼ਨ ਕੀ ਹੋ ਸਕਦਾ? ਜਿੱਦਾਂ ਆਪਾਂ ਕਰਦੇ ਆਏ ਓਵਰ ਈਟਿੰਗ, ਓਵਰ ਵੇਟ, ਸੋਲੂਸ਼ਨ ਕੀ ਆ? ਖਾਣ ਨਾਲ ਹੋਇਆ ਜੀ, ਹੈਲਦੀ ਫੂਡ। ਸੋ ਕੀ ਕਰਨਾ ਪਏਗਾ? ਵੀ ਨੀਡ ਟੂ ਐਨਕਰੇਜ ਅਵਰ ਚਿਲਡਰਨ, ਵੀ ਨੀਡ ਟੂ ਫੋਰਸ ਅਵਰ ਚਿਲਡਰਨ ਟੂ ਈਟ ਨਿਊਟ੍ਰੀਸ਼ਨਲ ਫੂਡ। ਠੀਕ ਹੈ, ਜਿਹੜਾ ਨਿਊਟ੍ਰੀਸ਼ੀਅਸ ਫੂਡ ਹੋਏਗਾ, ਗ੍ਰੀਨ ਵੈਜੀਟੇਬਲਸ ਹੋ ਗਈਆਂ, ਫਰੂਟਸ ਹੋ ਗਏ, ਉਹ ਸਾਰਾ ਕੁਛ ਬੱਚਿਆਂ ਨੂੰ ਸਾਨੂੰ ਖਾਣ ਲਈ ਮੋਟੀਵੇਟ ਕਰਨਾ ਪਏਗਾ। ਨਾਲ ਦੀ ਨਾਲ ਪੇਰੈਂਟਸ ਨੂੰ ਮੋਨੀਟਰ, ਪੇਰੈਂਟਸ ਸ਼ੁਡ ਮੋਨੀਟਰ ਦੈਟ ਹਾਊ ਮਚ ਜੰਕ ਫੂਡ ਦੇਅਰ ਕਿਡਸ ਆਰ ਕੰਜ਼ਿਊਮਿੰਗ, ਕਿਉਂਕਿ ਪੇਰੈਂਟਸ ਪੈਸੇ ਦੇ ਦਿੰਦੇ ਆ, ਮੋਨੀਟਰ ਨਹੀਂ ਕਰਦੇ ਬੱਚਾ ਖਾ ਕੀ ਰਿਹਾ ਜਾਂ ਕੀ ਕਰ ਰਿਹਾ। ਸੋ ਪੇਰੈਂਟਸ ਸ਼ੁਡ ਕੀਪ ਕਲੋਜ਼ ਆਏ ਦੈਟ ਹਾਊ ਮਚ ਜੰਕ ਫੂਡ ਦੇਅਰ ਕਿਡਸ ਆਰ ਕੰਜ਼ਿਊਮਿੰਗ, ਕਿ ਉਹਨਾਂ ਦੇ ਬੱਚੇ ਜਿਹੜੇ ਕਿੰਨਾ ਕੁ ਜੰਕ ਫੂਡ ਕੰਜ਼ਿਊਮ ਕਰ ਰਹੇ ਆ, ਉਹਨੂੰ ਲਿਮਿਟ ਚ ਕੰਜ਼ਿਊਮ ਕਰਾਇਆ ਜਾਵੇ। ਬੱਚਿਆਂ ਨੂੰ ਨਿਊਟ੍ਰੀਸ਼ਨਲ ਫੂਡ, ਹੋਮ ਕੁਕ ਫੂਡ ਖਾਣ ਦੀ ਆਦਤ ਪਾਈ ਜਾਏ। ਠੀਕ ਹੈ ਜੀ, ਗ੍ਰੀਨ ਵੈਜੀਟੇਬਲ, ਫਰੂਟਸ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਗਈਆਂ ਅਸੀਂ ਨਿਊਟ੍ਰੀਸ਼ਨ ਕਹਿੰਦੇ ਹਾਂ, ਉਹ ਖਾਣ ਦੀ ਬੱਚਿਆਂ ਨੂੰ ਆਦਤ ਪਾਈ ਜਾਏ ਤਾਂ ਕਿ ਜੰਕ ਫੂਡ ਤੋਂ ਬਚਣ ਤੇ ਮੋਟਾਪਾ ਨਾ ਹੋਵੇ। ਇਸ ਦੇ ਨਾਲ ਹੀ ਜੀ ਹੋਰ ਕੀ ਹੈ? ਐਕਸਰਸਾਈਜ਼ ਨਹੀਂ, ਨਾਲ ਆਪਾਂ ਲਿਖਾਂਗੇ ਰਿਸਟ੍ਰਿਕਟ ਦਾ ਸਕਰੀਨ ਟਾਈਮ ਆਫ ਕਿਡਸ। ਬੱਚੇ ਆਪਾਂ ਇੱਧਰ ਕਿਹਾ ਸੀ ਕਿ ਕਿਡਸ ਆਰ ਸਪੈਂਡਿੰਗ ਅ ਲੋਟ ਆਫ ਟਾਈਮ ਵਾਚਿੰਗ ਟੀਵੀ, ਪਲੇਇੰਗ ਵੀਡੀਓ ਗੇਮਸ, ਉਹੀ ਆ ਰਿਸਟ੍ਰਿਕਟ ਦਾ ਸਕਰੀਨ ਟਾਈਮ, ਮਤਲਬ ਟੀਵੀ ਤੇ ਜਾਂ ਕੰਪਿਊਟਰ ਸਕਰੀਨ ਦੇ ਅੱਗੇ ਜਿਹੜਾ ਉਹ ਟਾਈਮ ਸਪੈਂਡ ਕਰਦੇ ਆ, ਉਹ ਰਿਸਟ੍ਰਿਕਟ ਕੀਤਾ ਜਾਵੇ, ਘੱਟ ਕੀਤਾ ਜਾਵੇ, ਮਿਨੀਮਮ ਕੀਤਾ ਜਾਵੇ। ਠੀਕ ਹੈ ਜੀ, ਕਿ ਮੇ ਬੀ ਹਾਫ ਐਨ ਆਵਰ, ਵਨ ਆਵਰ, ਨੋ ਮੋਰ ਦੈਨ ਦੈਟ, ਔਰ ਮੋਰ ਦੈਨ ਦੈਟ। ਠੀਕ ਹੈ ਜੀ, ਅੱਜ ਕੱਲ੍ਹ ਤੁਸੀਂ ਦੇਖੋਗੇ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ, ਦੇ ਆਰ ਯੂਜ਼ਿੰਗ ਆਈਪੈਡਸ, ਲੈਪਟੋਪਸ, ਉਹਨਾਂ ਦੇ ਕਾਰਟੂਨਸ ਦੇਖ ਰਹੇ ਆ। ਠੀਕ ਹੈ ਜੀ, ਈਵਨ ਉਹ ਕੁਛ ਵੀ ਹੋਰ ਵੀ ਕਰਨਾ ਵਾ ਤਾਂ ਉਹ ਸਿਰਫ ਲੈਪਟੋਪ ਤੇ ਆਈਪੈਡਸ ਤੇ ਕਰ ਰਿਹਾ, ਗੇਮਸ ਖੇਡ ਰਿਹਾ, ਛੋਟੇ ਛੋਟੇ ਬੱਚੇ ਆ, ਆਮ ਟਾਕਿੰਗ ਅਬਾਊਟ 2-3-4 ਈਅਰਸ ਓਲਡ ਕਿਡਸ। ਠੀਕ ਹੈ ਜੀ, ਸੋ ਇਹਦੇ ਨਾਲ ਇਫੈਕਟਸ ਜ਼ਿਆਦਾ ਹੁੰਦੇ ਆ। ਸੋ ਪੇਰੈਂਟਸ ਨੂੰ ਚਾਹੀਦਾ ਕਿ ਜਿਹੜਾ ਉਹਨਾਂ ਦਾ ਸਕਰੀਨ ਟਾਈਮ ਆ, ਮੋਬਾਈਲ ਫੋਨਸ, ਲੈਪਟੋਪਸ, ਆਈਪੈਡ, ਠੀਕ ਹੈ ਜੀ, ਕੰਪਿਊਟਰਸ, ਟੀਵੀ, ਇਹਨਾਂ ਸਾਰਿਆਂ ਤੇ ਜਿਹੜਾ ਸਕਰੀਨ ਟਾਈਮ ਉਹਨੂੰ ਲਿਮਿਟ ਕੀਤਾ ਜਾਵੇ। ਠੀਕ ਹੈ ਜੀ, ਮੇ ਬੀ 1 ਆਵਰ, ਹਾਫ ਐਨ ਆਵਰ, ਕੱਲੀ ਕੱਲੀ ਤੇ 1 ਆਵਰ ਨਹੀਂ, ਮਤਲਬ ਆਲ ਟੂਗੈਦਰ ਸਾਰਿਆਂ ਨੂੰ ਵਰਤਣ ਲਈ ਉਹਨਾਂ ਦਾ ਟਾਈਮ ਲਿਮਿਟ ਕੀਤਾ ਜਾਵੇ ਵੀ ਇੱਕ ਦਿਨ ਚ ਕਿੰਨੀ ਦੇਰੀ ਕਰਨਾ ਵਾ ਤੁਸੀਂ। ਠੀਕ ਹੈ ਜੀ, ਸੋ ਉਹਦੇ ਨਾਲ ਵੀ ਬਹੁਤ ਫਰਕ ਪਏਗਾ। ਨੈਕਸਟ ਹੈਗਾ ਜੀ ਸਕੂਲਸ, ਸਕੂਲਸ ਕੈਨ ਪਲੇ ਅ ਵੈਰੀ ਇੰਪੋਰਟੈਂਟ ਰੋਲ। ਕਿੱਦਾਂ? ਸਕੂਲਸ ਕੈਨ ਮੇਕ ਫਿਜ਼ੀਕਲ ਐਕਟੀਵਿਟੀਜ਼ ਅਸੈਂਸ਼ੀਅਲ ਪਾਰਟ ਆਫ ਕਰਿਕੁਲਮ। ਤੁਸੀਂ ਦੇਖੋਗੇ ਕਈ ਬੱਚੇ ਆ ਬਹੁਤ ਇੰਟੈਲੀਜੈਂਟ ਹੁੰਦੇ ਆ ਪੜ੍ਹਾਈ ਚ, ਬਟ ਵੈਨ ਇਟ ਕਮਸ ਟੂ ਫਿਜ਼ੀਕਲ ਐਕਟੀਵਿਟੀ ਉਹ ਨਹੀਂ ਕਰ ਪਾਉਂਦੇ। ਠੀਕ ਹੈ ਜੀ, ਸੋ ਕੀ ਹੋਣਾ ਚਾਹੀਦਾ ਕਿ ਜੇ ਬੱਚੇ ਸਾਡੇ ਫਿਜ਼ੀਕਲ ਗੇਮ ਨਹੀਂ, ਕੋਈ ਲੋਕ ਘਰ ਜਾ ਕੇ ਖੇਡ ਰਿਹਾ, ਨਹੀਂ ਇੰਨੇ ਫਿਜ਼ੀਕਲੀ ਐਕਟਿਵ ਹੈਗੇ, ਸੋ ਸਕੂਲ ਜਿਹੜੇ ਆ ਉਹ ਕੀ ਕਰ ਸਕਦੇ ਆ, ਫਿਜ਼ੀਕਲ ਜਿਹੜੀ ਐਕਟੀਵਿਟੀਜ਼ ਆ, ਮੇ ਬੀ ਰਨਿੰਗ ਹੋ ਗਈ, ਕਿਸੇ ਗੇਮ ਚ ਪਾਰਟ ਲੈਣਾ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਹੋ ਗਈ, ਉਹਨੂੰ ਇੱਕ ਕੰਪਲਸਰੀ ਜਾਂ ਅਸੈਂਸ਼ੀਅਲ ਪਾਰਟ, ਠੀਕ ਹੈ ਜੀ, ਬਣਾ ਦਿੱਤਾ ਜਾਵੇ ਸਕੂਲ ਦੇ ਕਰੀਕੁਲਮ ਦਾ, ਸਕੂਲ ਦੇ ਸਿਲੇਬਸ ਦਾ ਬਣਾ ਦਿੱਤਾ ਜਾਵੇ। ਮੋਸਟਲੀ ਸਕੂਲ ਚ ਹੈਗਾ ਵੀ ਇੱਕ ਪੀਰੀਅਡ ਤੁਹਾਡਾ ਫਿਜ਼ੀਕਲ ਐਕਟੀਵਿਟੀਜ਼ ਦਾ ਹੁੰਦਾ ਵਾ, ਸੋ ਉਹ ਅਸੈਂਸ਼ੀਅਲ ਕਰ ਦਿੱਤਾ ਜਾਵੇ ਤਾਂ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਕਿਸੇ ਨਾ ਕਿਸੇ ਫਿਜ਼ੀਕਲ ਐਕਟੀਵਿਟੀ ਚ ਪਾਰਟ ਲੈਂਦੇ ਰਹਿਣ, ਐਨਕਰੇਜ ਹੋਣ, ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਵੇਟ ਵੀ ਆ ਉਹ ਕੰਟਰੋਲ ਵਿੱਚ ਰਹੇ। ਦੈਟਸ ਇਟ, ਆਈ ਥਿੰਕ ਮੋਰ ਦੈਨ ਸਫੀਸ਼ੀਐਂਟ ਹੈਗੀ ਆ ਸੋਲੂਸ਼ਨ ਦੀ। ਸੋ ਆਈ ਥਿੰਕ ਦੈਟਸ ਆਲ ਫੋਰ ਦਾ ਸੋਲੂਸ਼ਨ। ਹੁਣ ਇਹਦਾ ਕੰਕਲੂਜਨ ਕੀ ਹੋਏਗਾ ਜੀ? ਸਿੰਪਲ ਜਿਹਾ ਕੰਕਲੂਜਨ ਆ, ਕੁਛ ਜ਼ਿਆਦਾ ਲਿਖਣ ਦੀ ਲੋੜ ਨਹੀਂ ਹੈ, ਕਿ ਰਫ ਜਿਹਾ ਲਿਖਿਆ ਹੈਗਾ ਜੀ ਤੁਹਾਡੇ ਲਈ। ਫੈਕਟਰਸ ਵਾਈ ਪੂਅਰ ਡਾਇਟ, ਸੈਡੈਂਟਰੀ ਲਾਈਫ ਸਟਾਈਲ ਹੈਵ ਲੈਡ ਟੂ ਇਨਕਰੀਜ਼ ਇਨ ਓਵਰਵੇਟ ਚਿਲਡਰਨ, ਬਟ ਵਿਦ ਦਾ ਇਨਵੋਲਵਮੈਂਟ ਆਫ ਸਕੂਲ ਐਂਡ ਪੇਰੈਂਟਸ ਦਿਸ ਇਸ਼ੂ ਕੈਨ ਬੀ ਟੈਕਲਡ ਜਾਂ ਈਜ਼ਲੀ ਹੈਂਡਲ। ਠੀਕ ਹੈ, ਸੋ ਨੋਰਮਲ ਜਿਹਾ ਲਿਖਿਆ ਕਿ ਫੈਕਟਰਸ ਆ ਜਿਹੜੇ ਹੈਗੇ ਆ ਇਹਨਾਂ ਦਾ ਕਰਕੇ ਬੱਚੇ ਓਵਰਵੇਟ ਹੋ ਰਹੇ ਆ, ਪੇਰੈਂਟਸ ਦੀ ਤੇ ਸਕੂਲਸ ਦੀ, ਟੀਚਰਸ ਦੀ ਇਨਵੋਲਵਮੈਂਟ ਦੇ ਨਾਲ, ਗਾਈਡੈਂਸ ਦੇ ਨਾਲ, ਅਵੇਅਰਨੈਸ ਦੇ ਨਾਲ ਬੱਚਿਆਂ ਦੀ ਜਿਹੜਾ ਇਹ ਇਸ਼ੂ ਹੈਗਾ ਓਵਰਵੇਟ ਹੁੰਦਾ, ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਆਈ ਹੋਪ ਤੁਹਾਨੂੰ ਟੋਪਿਕ ਅੱਜ ਦਾ ਸਮਝ ਆਇਆ ਹੋਵੇਗਾ, ਕੁਛ ਖਾਸ ਨਹੀਂ ਹੈਗਾ ਸੀਗਾ, ਇੱਕ ਦੋ ਚੀਜ਼ਾਂ ਛੋਟੀਆਂ ਜਿਹੜੀਆਂ ਦੱਸੀਆਂ, ਕਿੱਦਾਂ ਕੌਜ਼ਿਸ, ਇਫੈਕਟਸ ਤੇ ਸੋਲੂਸ਼ਨਸ ਦੇ ਪੈਰਾਗ੍ਰਾਫਸ, ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਹਮੇਸ਼ਾ। ਐਂਡ ਜੇ ਤੁਸੀਂ ਇਫ ਯੂ ਵਾਂਟ ਦਾ ਸੈਂਪਲ ਆਨਸਰਸ ਆਲ ਦਾ ਟਾਸਕ ਆਮ ਐਕਸਪਲੇਨਿੰਗ, ਪਲੀਜ਼ ਲਾਈਕ ਅਵਰ ਫੇਸਬੁੱਕ ਪੇਜ, ਸਾਡਾ ਫੇਸਬੁੱਕ ਪੇਜ ਲਾਈਕ ਕਰੋ। ਐਂਡ ਯੂ ਕੈਨ ਇਵਨ ਸੈਂਡ ਮੀ ਯੋਰ ਕੁਐਸਚਨਸ ਔਨ ਵਟਸਐਪ, ਮਾਈ ਨੰਬਰ ਇਜ਼ ਮੈਂਸ਼ਨਡ ਇਨ ਦਾ ਡਿਸਕ੍ਰਿਪਸ਼ਨ। ਥੈਂਕ ਯੂ ਵੈਰੀ ਮੱਚ, ਸੀ ਯੂ ਇਨ ਦਾ ਨੈਕਸਟ ਵੀਡੀਓ।